पिछले काफी दिनों से समराला फायर ब्रिगेड स्टेशन का बिजली का कनेक्शन कटा हुआ है। तस्वीरों में आप देख रहे हैं, अंधेरे में है समराला का फायर स्टेशन। ऐसे में ये लोगों की क्या मदद करते होंगे? अगर रात को कोई कॉल आ जाए तो ये कैसे निकलते होंगे, कैसे प्रबंध करते होंगे, ये बड़ा सवाल है। 2.5 लाख रुपए के लगभग बिजली का बिल ना भरने के चलते समराला के फायर ब्रिगेड स्टेशन का बिजली का कनेक्शन काट दिया गया पावरकॉम की तरफ से। मैं फायर अफसर हरदीप सिंह जी, नगर कौंसल समराला ਦੇ ਵਿੱਚ ਤਾਇਨਾਤ ਹਾਂ। ਹਰਦੀਪ ਜੀ, ਜਿਹੜਾ ਬਿਜਲੀ ਦਾ ਕਨੈਕਸ਼ਨ ਤੁਹਾਡਾ ਕੱਟਿਆ ਹੋਇਆ, ਕਿੰਨੀ ਦੇਰ ਤੋਂ ਕੱਟਿਆ, ਕਿੰਨਾ ਕੁ ਬਿੱਲ ਹੈ, ਕੀ ਕਾਰਨ ਬਣਿਆ ਇਹ ਕੱਟਣ ਦਾ? ਇਹ ਸਰ 4-5 ਦਿਨ ਤਕਰੀਬਨ ਹੋ ਗਏ ਲਾਈਟ ਕੱਟੀ ਨੂੰ। ਇਹਦਾ ਬਿੱਲ ਪੈਂਡਿੰਗ ਸੀਗਾ ਜੀ ਇੱਧਰ ਨਗਰ ਕੌਂਸਲ ਦੇ ਵਿੱਚ। ਅਸੀਂ ਉਹਨਾਂ ਨੂੰ ਕਈ ਵਾਰ ਦਰਖਾਸਤ ਵੀ ਕਰਤੀ ਵੀ ਇਹਦਾ ਬਿੱਲ ਜੋ ਪੈਂਡਿੰਗ ਆ ਭਰਿਆ ਜਾਵੇ। ਮਤਲਬ ਸਾਡਾ ਤਾਂ ਤਕਰੀਬਨ ਜ਼ਿਆਦਾ ਬਿੱਲ ਹੁੰਦਾ ਨੀਗਾ, ਪੱਖਾ ਜਾਂ ਬੱਲਬ ਵਗੈਰਾ ਯੂਜ਼ ਕਰਦੇ ਹਾਂ। ਅਤੇ ਇਹ ਨਾਲ ਇੱਧਰ ਲੇਬਰ ਹੈ ਜੀ, ਇਹ ਉਰੇ ਮਤਲਬ ਨਾ ਨਜਾਇਜ਼ ਤੌਰ 'ਤੇ ਕੁੰਡੀ ਲਾ ਕੇ, ਕਈ ਵਾਰ ਨਗਰ ਕੌਂਸਲ ਨੂੰ ਕਿਹਾ ਵੀ ਆ ਵੀ ਇਹਨਾਂ ਦਾ ਕੋਈ ਅਲੱਗਦਾ ਬਿਜਲੀ ਦਾ ਇੰਤਜ਼ਾਮ ਕੀਤਾ ਜਾਵੇ, ਪਰ ਇਹ ਉਰੋਂ ਹੀ ਯੂਜ਼ ਕਰ ਰਹੇ ਨੇ ਜਿਹਦੇ ਕਰਕੇ ਬਿੱਲ ਕਾਫੀ ਆ ਜਾਂਦਾ ਇਹਦਾ ਆਪਣਾ ਆ ਜਾਂਦਾ। ਪਰ ਹੁਣ ਸਾਨੂੰ ਦਿੱਕਤ ਇਹ ਆ ਰਹੀ ਆ ਜਿਵੇਂ ਰਾਤ ਨੂੰ ਕੋਈ ਫਾਇਰ ਕਾਲ ਆ ਜਾਂਦੇ ਆ, ਐਂਟਰੀ ਪਾਉਣੀ ਪੈਂਦੀ ਆ ਤਾਂ ਉਹ ਟੌਰਚ ਮੋਬਾਈਲ ਦੀ ਜਗਾ ਕੇ ਐਂਟਰੀ ਪਾਉਣੀ ਪੈਂਦੀ ਆ, ਅਤੇ ਲਾਈਟ ਬਿਨਾਂ ਸਾਨੂੰ ਬਹੁਤ ਮਤਲਬ ਪ੍ਰੋਬਲਮ ਆ ਰਹੀ ਹੈ ਜੀ ਬੰਦ ਹੋਣ ਨਾਲ। ਕਿੰਨਾ ਕੁ ਬਿੱਲ ਆ ਜਾਂਦਾ? ਬਿੱਲ ਤਕਰੀਬਨ ਜੀ ਹੁਣ ਇਹਦਾ 2,35,000 ਦੇ ਲਗਭਗ ਬਿੱਲ ਖੜਾ ਜੀ ਟੋਟਲ।